ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਬਾਗੇ ਪੁਰਾਣੇ ਦੀ ਇਨਕਲਾਬੀ ਧਰਤੀ ਦੇ ਲੋਕ, ਬਾਗੇ ਪੁਰਾਣੇ ਦੇ ਮਿਹਨਤਕਸ਼ ਲੋਕ, ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਦੇਖਣ ਦੀ ਇੱਛਾ ਲੈ ਕੇ ਅਤੇ ਆਪਣੇ ਦਿਲ ਦੇ ਵਿੱਚ ਜੋਸ਼ ਲੈ ਕੇ ਇੱਥੇ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ, ਨੌਜਵਾਨ ਵੀਰ, ਮਾਵਾਂ, ਭੈਣਾਂ, ਛੋਟੇ ਬੱਚੇ, ਸਾਡੇ ਪਾਰਟੀ ਦੇ MLA ਸਾਹਿਬਾਨ, ਪੰਜਾਬ ਦੀ 117 MLA ਦੀ ਮੁਕੱਦਸ ਹਾਊਸ ਦੇ ਕਸਟੋਡੀਅਨ, ਉਹਨੂੰ ਚਲਾਉਣ ਵਾਲੇ ਮਾਣਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਸਾਹਿਬ, ਦਰਜਾ ਬਦਰਜਾ ਸਾਡੀ ਪਾਰਟੀ ਦੇ ਮੋਗੇ ਦੀ ਟੀਮ ਸਾਰੀ, ਨਿਹਾਲ ਸਿੰਘ ਵਾਲੇ ਦੀ ਟੀਮ, ਸਮਾਲਸਰ ਦੀ ਟੀਮ, ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਸਾਡੇ ਵਰਕਰ ਵਲੰਟੀਅਰ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਮੈਂ ਜਲੰਧਰੋਂ ਚੱਲਿਆ, ਕੱਲ੍ਹ ਰਾਤ ਜਲੰਧਰ ਸੀ, ਕੱਲ੍ਹ ਦੁਪਹਿਰੇ ਪੱਟੀ ਸੀ, ਅੱਜ ਮੈਂ ਫਿਰੋਜ਼ਪੁਰ ਤੋਂ ਆਇਆ, ਰੋਡ ਸ਼ੋ ਸੀ ਬਹੁਤ ਵੱਡਾ ਫਿਰੋਜ਼ਪੁਰ 'ਚ, ਤਾਂ ਮੈਨੂੰ ਬੜਾ ਚਾਅ ਸੀ ਬਾਗੇ ਪੁਰਾਣੇ ਆਉਣ ਦਾ, ਕਿਉਂਕਿ ਬਾਗੇ ਪੁਰਾਣੇ ਭਾਵੇਂ ਬਤੌਰ ਕਲਾਕਾਰ ਆਇਆ ਹੋਵਾਂ ਕਦੇ, ਭਾਵੇਂ ਅਰਵਿੰਦ ਕੇਜਰੀਵਾਲ ਮੈਨੀਫੈਸਟੋ, ਭਾਵੇਂ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਬਾਗੇ ਪੁਰਾਣੇ ਵਾਲੇ ਪਾਸੇ ਆਈਏ, ਤਾਂ ਬਾਗੇ ਪੁਰਾਣੇ ਦੇ ਲੋਕਾਂ ਦਾ ਜਿਹੜਾ ਪਿਆਰ ਹੈ ਉਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਅੱਜ ਵੀ ਤੁਸੀਂ ਜਿੱਥੇ ਤੱਕ ਮੇਰੀ ਨਿਗਾਹ ਜਾਂਦੀ ਹੈ, ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਬੈਠੇ ਹੋ, ਮੈਂ ਰੋਮ ਰੋਮ ਮੇਰਾ ਰਿਣੀ ਹੈ। ਅੱਜ ਕੱਲ੍ਹ ਭਾਈ ਨੂੰ ਭਾਈ ਨਹੀਂ ਸਿਆਣਦਾ, ਅੱਜ ਕੱਲ੍ਹ ਪੁੱਤ ਪਿਓ ਦਾ ਕਤਲ ਕਰੀ ਜਾਂਦੇ ਆ, ਰਿਸ਼ਤੇ ਉਹਨਾਂ 'ਚ ਤਰੇੜਾਂ ਪੈ ਗਈਆਂ, ਖੂਨ ਚਿੱਟੇ ਹੋ ਗਏ, ਕੌਣ ਕਿਸੇ ਵਾਸਤੇ ਖੜਦਾ ਅੱਜ ਕੱਲ੍ਹ, ਨਿੱਜਤਾ ਭਾਰੀ ਹੋ ਗਈ। ਪਰ ਤੁਸੀਂ ਅੱਜ ਸਾਨੂੰ ਇੰਨਾ ਪਿਆਰ ਦੇਣ ਵਾਸਤੇ ਇੱਥੇ ਬੈਠੇ ਹੋ, ਇਹ ਕੋਈ ਪੁਰਾਣੇ ਜਨਮਾਂ ਦਾ ਸਾਡਾ ਪੁੰਨ ਨਹੀਂ ਹੋਊਗਾ ਕੋਈ। ਔਰ ਮੈਂ ਇਹ ਵੀ ਕਹਿਣਾ ਹੁੰਦਾ ਕਿ ਜਿਸ ਅਹੁਦੇ 'ਤੇ ਤੁਸੀਂ ਮੈਨੂੰ ਪਹੁੰਚਾਤਾ, ਜਿਸ ਇੱਜ਼ਤ ਨਾਲ ਤੁਸੀਂ ਮੈਨੂੰ ਨਵਾਜ਼ਤਾ, ਮੈਂ ਆਪਣੇ ਆਪ ਨਾਲ ਗੱਲ ਕਰਦਾ ਹੁੰਦਾ, ਭਗਵੰਤ ਮਾਨਾ ਜਿੰਨਾ ਪਿਆਰ ਤੈਨੂੰ ਲੋਕਾਂ ਨੇ ਦਿੱਤਾ, ਜੇ ਹਰ ਸਾਂ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜੇ ਤਾਂ ਵੀ ਕਈ ਜਨਮ ਲੱਗਣਗੇ, ਉਹਨਾਂ ਦੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ ਕਈ ਜਨਮ ਲੱਗਣਗੇ। ਨਾਲ ਮੈਂ ਇਹ ਵੀ ਕਹਿੰਦਾ ਹੁੰਦਾ ਆਪਣੇ ਆਪ ਨਾਲ ਗੱਲ ਕਰਕੇ ਕਿ ਭਗਵੰਤ ਮਾਨਾ ਇਦੋਂ ਵੱਡਾ ਮੌਕਾ ਲੋਕਾਂ ਦੀ ਭਲਾਈ ਕਰਨ ਦਾ ਨਹੀਂ ਮਿਲ ਸਕਦਾ, ਕਿਉਂਕਿ ਲੋਕਾਂ 'ਚ ਹੀ ਰੱਬ ਵੱਸਦਾ, ਲੋਕਾਂ ਨੇ ਤੇਰੇ 'ਤੇ ਯਕੀਨ ਕੀਤਾ, ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡਿਆ। ਆ ਮੇਰੇ ਦੋਸਤ ਬੈਠੇ ਨੇ,
ਜਿਹੜੇ ਫਿਲਮਾਂ 'ਚ ਆਉਂਦੇ ਨੇ ਅਸੀਂ ਇਕੱਠੇ ਹੀ ਹੁੰਦੇ ਸੀ, ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ, ਮੈਂ ਕਹਿੰਦਾ ਵੀ ਤੁਸੀਂ ਆਪਣਾ ਕੰਮ ਕਰ ਲਓ, ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ। ਮੇਰੇ ਅੰਦਰੋਂ ਲੂਰੀਆਂ ਜੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਆ, ਓਏ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ, ਲੀਡਰ ਇਹਨਾਂ ਨੂੰ ਕਿਵੇਂ ਰੋਕੀਏ, ਕੈਸਟਾਂ ਸੀਡੀਆਂ ਨਾਲ ਨਹੀਂ ਰੁਕਣੇ, ਇਹ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ, ਸਪਰੇਅ ਦੀ ਢੋਲੀ ਮੋਢੇ 'ਤੇ ਧਰ ਕੇ ਅੰਦਰ ਵੜਨਾ ਪੈਂਦਾ, ਅੰਦਰ ਵੜੀਏ। ਮੈਂ ਕਿਹਾ ਵੀ ਹੁਣ ਪਹਿਲਾਂ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਵੀ ਲੈ ਐਂ ਥੋੜ੍ਹੀ ਹੁੰਦਾ ਹੁੰਦਾ, ਐਂ ਥੋੜ੍ਹੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜ੍ਹੀ ਪਾਉਂਦਾ ਹੁੰਦਾ ਕੋਈ। ਜਦੋਂ ਫਿਰ 2014 'ਚ ਢੀਂਡ ਸਿਓਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ 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 ਐਂ ਵੀ ਹੋ ਜਾਂਦਾ ਹੁੰਦਾ। ਪਹਿਲਾਂ ਇਹ ਲੀਡਰ ਕਹਿੰਦੇ ਸੀ, ਮਜ਼ਾਕ ਉਡਾਉਂਦੇ ਸੀ, ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ 'ਤੇ, ਲੀਡਰ ਕਹਿੰਦੇ ਹੁੰਦੇ ਸੀ ਅਕਾਲੀ ਦਲ ਵਾਲੇ ਅਤੇ ਕਾਂਗਰਸ ਵਾਲੇ ਦੇ, ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ, ਲੈ ਵੀ ਵੋਟਾਂ 'ਚ ਖੜਾ ਹੋ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਵੋਟਾਂ ਵਾਲੇ ਦਿਨ ਤੱਕ ਹੱਸ ਲਓ ਜਿੰਨਾ ਹੱਸਣਾ, ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਟੱਬਰ ਤੁਸੀਂ। ਉਹੀ ਹਾਲ ਹੋਇਆ ਪਿਆ ਜੀ ਹੁਣ, ਤੁਸੀਂ ਆ ਮੈਂ ਟੀਵੀ ਗੱਡੀ 'ਚ ਬਹਿ ਜਾਂਦਾ, ਯੂਟਿਊਬ 'ਤੇ ਮੇਰੇ ਕੋਲ ਆ ਜਾਂਦਾ, ਕੈਪਟਨ ਨੂੰ ਪੁੱਛ ਲਓ, ਭੱਠਲ ਦੇ ਮੂਹਰੇ ਮਾਇਕ ਲਾ ਲਓ, ਮਲੂਕੇ ਮੂਹਰੇ ਮਾਇਕ ਲਾ ਲਓ, ਸੁਖਵੀਰ ਦੇ ਮੂਹਰੇ ਮਾਇਕ ਲਾ ਲਓ, ਬਾਜਵੇ ਦੇ ਮੂਹਰੇ ਮਾਇਕ ਲਾ ਲਓ, ਰਾਜੇ ਬੜਿੰਗ ਦੇ ਮੂਹਰੇ ਮਾਇਕ ਲਾ ਲਓ, ਮੇਰਾ ਨਾਂ ਲੈ ਦਿਓ ਵੀ ਭਗਵੰਤ ਮਾਨ। ਨਾ 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 ਉਹਦੇ ਬਾਰੇ ਨਹੀਂ ਗੱਲ ਕਰਨੀ। ਮੈਂ ਕਿਹਾ ਚਲੋ ਸ਼ੁਕਰ ਹੈ, ਕਰੰਟ ਤਾਂ ਵੱਜ ਰਿਹਾ ਨਾ, ਇਹ ਕਰੰਟ ਮੇਰਾ ਨਹੀਂ ਹੈਗਾ, ਇਹ ਕਰੰਟ ਤੁਹਾਡਾ। ਮੇਰੀ ਕੋਈ ਔਕਾਤ ਨਹੀਂ ਕਿ ਮੈਂ ਉਹਨਾਂ ਨੂੰ ਹਰਾ ਸਕਦਾ, ਇਹ ਤੁਸੀਂ ਕੀਤਾ ਕੰਮ ਸਾਰਾ, ਮੇਰਾ ਤਾਂ ਨਾਂ ਲੱਗਦਾ ਉਈ, ਮੇਰਾ ਤਾਂ ਨਾਂ ਲੱਗਦਾ, ਕੰਮ ਤੁਸੀਂ ਕੀਤਾ। ਲੜਦੀਆਂ ਫੌਜਾਂ ਹੁੰਦੀਆਂ ਨੇ, ਨਾਂ ਜਰਨੈਲ ਦਾ ਹੋ ਜਾਂਦਾ, ਉਹੀ ਗੱਲ ਹੈ, ਫੌਜਾਂ ਤੁਸੀਂ ਹੋ, ਮੇਰੀਆਂ ਫੌਜਾਂ ਪੰਜਾਬ ਦੀਆਂ ਫੌਜਾਂ। ਵੀਰੋ ਇਹਨਾਂ ਨੇ ਠੇਕਾ ਹੀ ਲੈ ਰੱਖਿਆ ਸੀ, ਆਪ 'ਚ ਸਮਝੌਤੇ ਹੋ ਗਏ ਸੀ, ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ, ਐਂ ਚੱਲੀ ਜਾਊਗਾ ਕੰਮ। ਚੱਲੀ ਵੀ ਗਿਆ, ਕਈ ਸਾਲ ਚੱਲੀ ਵੀ ਗਿਆ, ਇਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਸਨਾਮ ਤਹਿਸੀਲ ਦਾ ਇੱਕ ਛੋਟਾ ਜਿਹਾ ਪਿੰਡ ਹੈ ਸਤੌਜ, ਉੱਥੇ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਇੱਕ, ਉਹ ਹੱਥਾਂ 'ਚ ਤੁੱਕੀ ਫਿਰਦਾ ਵੀ ਇੱਕ ਵਾਰੀ ਮੌਕਾ ਮਿਲ ਲੈਣ ਦਿਓ, ਇੱਕ ਇੱਕ ਰੁਪਈਏ ਦਾ ਹਿਸਾਬ ਲੈ ਕੇ ਲੋਕਾਂ ਦੇ ਪੈਸੇ ਵਾਪਸ ਕਰੂੰਗਾ ਵਿਆਜ ਸਮੇਤ। ਪਰਮਾਤਮਾ ਨੇ ਡਿਊਟੀ ਲਾਈ ਹੈ ਆਪਣੇ, ਕਹਿੰਦੇ ਆ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ, ਅਤੇ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ, ਉਹ ਫਿਰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ਦਾ, ਉਹ ਐਵੇਂ ਨਹੀਂ ਕਰਾਉਂਦਾ ਕਿਸੇ ਤੋਂ ਕੰਮ। ਪਰਮਾਤਮਾ ਡਿਊਟੀਆਂ ਲਾਉਂਦਾ ਤਾਂ ਉਹਨੂੰ ਬਲ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਹਦੀ ਡਿਊਟੀ ਲੱਗ ਗਈ ਕਿ ਮੈਂ ਨਿਭਾਉਣੀ ਹੈ। ਰਲ ਮਿਲ ਸਹੀਆਂ ਪਾਣੀ ਨੂੰ ਗਈਆਂ, ਰਲ ਮਿਲ ਸਹੀਆਂ ਪਾਣੀ ਨੂੰ ਗਈਆਂ, ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ 'ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ। ਮਤਲਬ ਇਹ ਕਿ ਪਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਭਰਦਾ, ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦਾ ਘੜਾ ਭਰਿਆ ਪਰਮਾਤਮਾ ਨੇ ਜ਼ਿੰਮੇਵਾਰੀ ਵਾਲਾ। ਰਲ ਮਿਲ ਸਹੀਆਂ ਪਾਣੀ ਨੂੰ ਗਈਆਂ, ਕੋਈ ਕੋਈ ਮੁੜਪੀ ਭਰ ਕੇ, ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਰੱਬ ਭਰਦਾ, ਜਿਹਦਾ ਭਰਤਾ
ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਡਰ ਕੇ, ਜਿਹਦਾ ਫਿਰ ਘੜਾ ਭਰਤਾ ਜ਼ਿੰਮੇਵਾਰੀ ਵਾਲਾ ਸਿਰ ਤੇ ਧਰਤਾ, ਉਹਨੂੰ ਫਿਰ ਪੈਰ ਡਰ ਡਰ ਕੇ ਧਰਨੇ ਪੈਂਦੇ ਨੇ, ਕਿਉਂਕਿ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਹੋਣ ਬਹੁਤ ਸੰਭਲ ਕੇ ਚੱਲਣਾ ਪੈਂਦਾ। ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ, ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ, ਬਸ ਉਹ ਪਰਮਾਤਮਾ ਤੇ ਡੋਰੀਆ। ਇਹ ਤਾਂ ਰੋਜ਼ ਤੜਕੇ ਮੈਨੂੰ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ, ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ। ਇਹਨਾਂ ਨੂੰ ਵੀਰੋ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਹਾਰ ਗਏ, ਇਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅਸ ਮੁੱਖ ਮੰਤਰੀ, ਮੰਤਰੀ, ਸਪੀਕਰ ਜਾਂ ਫਿਰ MLA ਦੀਆਂ ਕੁਰਸੀਆਂ 'ਤੇ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਬਹਿ ਗਏ। ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਸੀ, ਬਸ ਆਹ ਦੁੱਖ ਹੈ ਇਹਨਾਂ ਨੂੰ। ਬਸ ਕਿਸੇ ਨੂੰ ਕਹਿੰਦੇ ਆ ਮੋਬਾਈਲ ਠੀਕ ਕਰਨ ਵਾਲਾ, ਇਹ ਕਿਵੇਂ ਆ ਗਿਆ ਇੱਥੇ? ਕਿਸੇ ਨੂੰ ਕਹਿੰਦੇ ਆ ਇਹ ਤਾਂ ਜਵਾਕ ਜਿਹਾ, ਇਹ ਕਿਵੇਂ ਆ ਗਿਆ ਇੱਥੇ? ਕੀ ਗੱਲ, ਤੁਸੀਂ ਠੇਕਾ ਲਿਆ ਸੀ, ਤੁਸੀਂ ਠੇਕਾ ਲਿਆ ਸੀ ਬਈ ਹਰ ਵਾਰ ਆਉਣ ਦਾ? ਮੈਂ ਕਿਹਾ ਇਕੱਲੇ ਮੋਬਾਈਲ ਠੀਕ ਕਰਨ ਵਾਲੇ ਨਹੀਂ, ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਇਹ 'ਚ। ਸੋ ਵੀਰੋ ਇਹਨਾਂ ਨੇ ਆਪਾਂ ਨੂੰ ਅਸਲ 'ਚ ਸਮਝਿਆ ਹੀ ਭੇਡਾਂ ਬੱਕਰੀਆਂ ਹੋਇਆ ਸੀਗਾ, ਭੇਡਾਂ ਬੱਕਰੀਆਂ ਸਮਝਦੇ ਸੀ ਆਪਣੇ ਆਪਾਂ ਨੂੰ। ਪੰਜ ਸਾਲ ਇੱਧਰ ਨੂੰ ਹੱਕ ਲਓ, ਪੰਜ ਸਾਲ ਇੱਧਰ ਨੂੰ ਹੱਕ ਲਓ, ਲੁੱਟੀ ਜਾਓ, ਉਹ ਪਾਲੇ ਮਹਿਲ, ਪਹਾੜਾਂ 'ਚ ਮਹਿਲ ਪਾਲੇ, ਬੜੇ ਬੜੇ ਹੋਟਲ ਖੋਲ੍ਹ ਲਏ, ਬੱਸਾਂ 'ਚ ਹਿੱਸੇ ਪਾਲੇ, ਰੇਤੇ ਦੀਆਂ ਖੱਡਾਂ 'ਚ ਹਿੱਸੇ ਪਾਲੇ, ਠੇਕੇ ਇਹਨਾਂ ਦੇ ਹੋਟਲਾਂ ਢਾਬਿਆਂ 'ਚ ਹਿੱਸੇ ਪਾਲੇ। ਪਤਾ ਨਹੀਂ ਤਾਂ ਧਰਮਰਾਜ ਨਾਲ ਕੋਈ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ, ਪਰ ਸਾਨੂੰ ਤਾਂ ਇਹ ਸਮਝਾਇਆ ਹੋਇਆ ਸਿਆਣਿਆਂ ਨੇ ਵੀ ਨਾਲ ਕੁਛ ਨਹੀਂ ਜਾਣਾ। ਜਿਹੜੇ ਹਿਸਾਬ ਨਾਲ ਇਹ ਇਕੱਠੇ ਕਰਨ ਲੱਗੇ ਨੇ, ਮੈਨੂੰ ਲੱਗਦਾ ਇਹਨਾਂ ਕੋਈ ਪਰਚੀ ਪੁਰਚੀ ਧਰਮਰਾਜ ਦੀ ਹੈਗੀ ਇਹਨਾਂ ਕੋਲ ਕੋਈ ਵੀ ਨਾਲ ਜਾ ਸਕਦੇ ਨੇ। ਪਰ ਮੈਂ ਦੱਸਣਾ ਚਾਹੁੰਦਾ ਕਿ ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ, ਹੀਰੇ, ਮੋਤੀ, ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ। ਕੱਫਣ 'ਤੇ ਜਿਹੜਾ ਆਖਰੀ ਕੱਪੜਾ ਮਿਲਦਾ ਬਾਗੇ ਪੁਰਾਣੇ ਵਾਲਿਓ, ਬੰਦੇ ਨੂੰ ਜਿਹੜਾ ਆਖਰੀ ਕੱਪੜਾ ਮਿਲਦਾ ਨਾ, ਉਹ 'ਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ, ਐਂ ਹੁੰਦਾ ਤਾਂ ਬਸ। ਅਤੇ ਜਿੰਨਾ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿਹੜੇ, ਚੱਕੋ ਚੱਕੋ ਕਰਦੇ। ਜਿਹਨਾਂ ਵਾਸਤੇ ਪਾਪ ਕਮਾਏ, ਸਾਰੇ ਠੱਗੀਆਂ ਮਾਰੀਆਂ, ਉਹ ਘੰਟਾ ਵੀ ਨਹੀਂ ਰੱਖਦੇ ਘਰੇ। ਕਹਿੰਦੇ ਨੇ ਸਮਾਲਸਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ 'ਤੇ ਆਜੂ, ਚੱਕੋ ਗਿਰਾਂ ਨਿਬੇੜੀਏ ਕੰਮ, ਛੇਤੀ ਕਰੀਏ ਰੋਟੀ ਪਕਾਉਣੀ ਹੈ, ਜਵਾਕ ਭੁੱਖੇ ਮਰੀ ਜਾਂਦੇ ਨੇ। ਸੋ ਵੀਰੋ ਗਰੀਬ ਦੀ ਹਾਹ ਅਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਾਬਤਾ ਹੈ, ਕੋਈ ਬਾਈਪਾਸ ਨਹੀਂ ਹੈਗਾ ਵਿੱਚ ਦੀ। ਇਹਨਾਂ ਨੇ ਗਰੀਬਾਂ ਦੀਆਂ ਬਾਦਦੁਆਵਾਂ ਲਈਆਂ ਨੇ ਤਾਂ ਇਹ ਹਾਲ ਹੋਇਆ ਇਹਨਾਂ ਦਾ। ਇਹ ਮੈਂ ਨਹੀਂ ਹਰਾਏ, ਇਹ ਬਹੁਤ ਰਜਵਾੜੇ ਨੇ, ਮੈਂ ਕੌਣ ਹਾਂ, ਮੇਰਾ ਆਮ ਘਰਾਂ ਦਾ ਮੁੰਡਾ। ਇਹ ਗਰੀਬਾਂ ਦੀਆਂ ਬਾਦਦੁਆਵਾਂ ਨੇ ਹਰਾਏ ਨੇ, ਜਿਨ੍ਹਾਂ ਦੀਆਂ ਇਹਨਾਂ ਨੇ ਨੌਕਰੀਆਂ ਕੱਟੀਆਂ, ਜਿਨ੍ਹਾਂ ਦੇ ਹੱਕ ਮਾਰੇ, ਜਿਨ੍ਹਾਂ ਦੇ ਚੁੱਲ੍ਹੇ ਦੀਆਂ ਅੱਗਾਂ ਬੁਝਾਈਆਂ, ਜਿਨ੍ਹਾਂ ਦੇ ਘਰਾਂ 'ਚ ਚਿੱਟੇ ਨਾਲ ਚਿੱਟੇ ਰੰਗ ਦੇ ਸੱਥਰ ਵਿਛਾਏ, ਜਿਹੜੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਇਹਨਾਂ ਨੇ, ਇਹ ਉਹਨਾਂ ਨੇ ਹਰਾਏ ਨੇ, ਇਹ ਉਹ ਗਰੀਬਾਂ ਦੀਆਂ ਬਾਦਦੁਆਵਾਂ ਨੇ ਹਰਾਏ ਨੇ। ਹੁਣ ਭਾਲਦੇ ਫਿਰਦੇ ਆ, ਕਦੇ ਕਹਿੰਦੇ ਪੰਜਾਬ ਬਚਾਓ, ਕਦੇ ਪਰਿਵਾਰ ਬਚਾਓ। ਯਾਰ ਕਮਾਲ, ਕੀ ਤੋਂ ਬਚਾਈਏ ਪੰਜਾਬ, ਹਜੇ ਤੁਹਾਡੇ ਤੋਂ ਬਚਾ ਕੇ ਤਾਂ ਹਟਿਆ 2 ਸਾਲ ਪਹਿਲਾਂ। ਸੋ ਇਹਨਾਂ ਦੇ ਪਿੱਛੇ ਨਾ ਲੱਗ ਜਿਓ, ਆਉਣਗੇ ਤੁਹਾਡੇ ਕੋਲ, ਫੇਰ ਆਉਣਗੇ। ਇਹਨਾਂ ਨੂੰ ਕਿਹੜਾ ਕੋਈ ਐਂ ਆਉਂਦਾ ਵੀ ਵਿਰੋਧ ਹੋ ਗਿਆ ਜਾਂ ਕੋਈ ਹੋਰ, ਫਿਰ ਜਾ ਵੜਦੇ ਉੱਥੇ, ਕੋਈ ਗੱਲ ਨਹੀਂ ਕਹਿੰਦੇ ਇਹ ਕਿੰਨਾ ਕਹਿ ਤੂੰ ਵੱਧ ਵੀ ਹੋਇਆ ਹੋਇਆ ਸਾਡਾ ਤਾਂ।
ਲੈ ਤੇ ਕਿੱਥੇ ਆ ਆ ਪਿਆਰ ਹੈ ਆ ਮੇਰੀ ਤਾਂ ਪੱਗ ਫੁੱਲਾਂ ਨਾਲ ਭਰ ਦਿੰਦਾ ਲੈ ਆ ਫਿਰੋਜ਼ਪੁਰ ਤੋਂ ਆਇਆ ਹੁਣ ਜਾ ਕੇ ਹਜੇ ਹਜੇ ਸੰਗਰੂਰ ਕਰੂੰਗਾ ਰੋਡ ਸ਼ੋ ਫੁੱਲਾਂ ਨਾਲ ਪੱਗ ਭਰੀ ਪਈ ਹੈ ਮਾਵਾਂ ਸਿਰ ਪਲੋਸਦੀਆਂ ਨੇ ਭੈਣਾਂ ਦੁਆਵਾਂ ਦਿੰਦੀਆਂ ਨੇ ਮੁੰਡੇ ਮੋਢੇ ਉੱਤੋਂ ਦੀਆਂ ਧਰ ਕੇ ਸੈਲਫੀਆਂ ਖਿੱਚਦੇ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਅਕਾਲੀ ਕਾਂਗਰਸੀ ਬੀਜੇਪੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਬਈ ਹੋਏ ਇਹਨਾਂ ਦਾ ਕੋਈ ਪਤਾ ਨਹੀਂ ਭਰਾਓ ਇਹਨਾਂ ਦੇ ਪਿੱਛੇ ਨਾ ਲੱਗ ਜਾਓ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਆਪਾਂ ਨੂੰ ਤਾਂ ਅਜੇ ਤੱਕ ਪਤਾ ਹੀ ਲੱਗਿਆ ਲੁੱਟੀ ਕੌਣ ਜਾਂਦਾ ਹੈ ਆਪਾਂ ਤਾਂ ਆਪਸ 'ਚ ਲੜੀ ਗਏ ਵੀ ਉਹ ਲੁੱਟਦਾ ਹੋਣਾ ਉਹ ਲੁੱਟਦਾ ਹੋਣਾ ਇੱਕ ਦੂਜੇ 'ਤੇ ਆਪਸ 'ਚ ਸ਼ੱਕ ਕਰਾਤੇ ਸਾਡੇ ਜਨਤਾ ਦੇ ਪਤਾ ਹੀ ਲੱਗਿਆ ਲੁੱਟੀ ਕੌਣ ਜਾਂਦਾ ਹੈ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਇੱਕ ਮੱਝ ਚੋਰੀ ਹੋ ਗਈ ਦੂਜੇ ਦਿਨ ਦੋ ਹੋ ਗਈਆਂ ਤੀਜੇ ਦਿਨ ਫਿਰ ਇੱਕ ਮੱਝ ਚੋਰੀ ਹੋ ਗਈ ਪਿੰਡ 'ਚ ਤਸੱਲੀ ਮੱਚ ਗਈ ਮੱਝਾਂ ਚੋਰੀ ਹੋਣ ਲੱਗ ਗਈਆਂ ਉਹ ਪਿੰਡ ਦੀ ਜੂਹ 'ਤੇ ਕੋਈ ਸਾਧੂ ਮਹਾਤਮਾ ਰਹਿੰਦਾ ਸੀ ਉੱਥੇ ਛੋਟਾ ਜਿਹਾ ਡੇਰਾ ਸੀ ਬੜੀ ਮਾਨਤਾ ਸੀ ਉਹਦੀ ਪਿੰਡ 'ਚ ਆਲੇ ਦੁਆਲੇ ਦੇ ਪਿੰਡਾਂ 'ਚ ਉਹ ਪਿੰਡ ਦੇ ਲੋਕ ਗਏ ਜੀ ਪਿੰਡ 'ਚ ਸਾਡੇ ਤਾਂ ਮੱਝਾਂ ਚੋਰੀ ਹੋਣ ਲੱਗ ਗਈਆਂ ਜੀ ਕੋਈ ਦੱਸੋ ਰਾਹ ਕਿਵੇਂ ਕੀ ਕੋਈ ਦੱਸੋ ਰਸਤੇ ਪਾਓ ਕੋਈ ਸੱਚ ਦਾ ਰਾਹ ਦਿਖਾਓ ਉਹ ਸਾਧੂ ਮਹਾਤਮਾ ਕਹਿੰਦਾ ਕੰਮ ਕਰਿਓ ਇੱਕ ਚਾਦਰ ਲੈ ਲਿਓ ਉਹ ਚਾਰ ਜਾਣੇ ਇੱਕ ਇੱਕ ਖੂੰਜਾ ਲੈ ਕੇ ਚਾਦਰ ਦਾ ਖੜ ਜਿਓ ਐਂ ਤਾਂ ਚੱਕ ਕੇ ਇੱਕ ਇੱਕ ਖੂੰਜਾ ਇੱਕ ਜਾਣਾ ਫੜ ਲਏ ਚਾਰ ਜਾਣੇ ਚਾਰ ਖੂੰਜੇ ਫੜ ਕੇ ਚਾਰੇ ਚਾਦਰ ਦੇ ਖੂੰਜੇ ਫੜ ਕੇ ਖੜ ਜਿਓ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਅਤੇ ਜਦੋਂ ਮੱਝਾਂ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘੇ ਦੌਰਾ ਪੈ ਜੂ ਉੱਥੇ ਮਰ ਜਾਣਗੇ ਉਹ ਲਓ ਜੀ ਚਾਦਰ ਤਾਣ ਕੇ ਖੜ ਗਏ ਚਾਰ ਜਾਣੇ ਪਿੰਡ 'ਚ ਸਪੀਕ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਅਨਾਊਂਸਮੈਂਟ ਕਰਤੀ ਬੰਦੇ ਲੰਘਾਤੇ ਬੁੜੀਆਂ ਵੀ ਲੰਘਾਤੀਆਂ ਜਵਾਕ ਵੀ ਲੰਘਾਤੇ ਸਾਰਾ ਪਿੰਡ ਲੰਘ ਗਿਆ ਜੀ ਕਿਸੇ ਨੂੰ ਦੌਰਾ ਨਹੀਂ ਪਿਆ ਕੋਈ ਮਰਿਆ ਨਹੀਂ ਪਤਾ ਕਿਉਂ ਉਹ ਜਿਹੜੇ ਮੱਝਾਂ ਚੋਰੀ ਕਰਨ ਵਾਲੇ ਸੀ ਉਹਦਾ ਚਾਦਰ ਫੜੀ ਖੜੇ ਸੀ ਚੋਰ ਤਾਂ ਚਾਦਰ ਫੜੀ ਖੜੇ ਸੀ ਮਰੂਗਾ ਕੌਣ ਆਪਾਂ ਨੇ ਵੀ ਐਂ ਕੀਤਾ ਚਾਦਰ ਚੋਰਾਂ ਨੂੰ ਫੜਾ ਰੱਖੀ ਸੀ ਸ਼ੱਕ ਆਪਦੇ ਤੇ ਕਰੀ ਜਾਂਦੇ ਸੀ ਆਪਣੇ ਆਪ 'ਤੇ ਹੀ ਚਾਦਰ ਜਿਹੜੀ ਹੈ ਨਾ ਇਮਾਨਦਾਰਾਂ ਦੇ ਹੱਥ 'ਚ ਦੇ ਤੀ ਹੁਣ ਤੁਸੀਂ ਬਾਏ 2022 ਤੋਂ ਬਾਅਦ ਆਹ ਹੁਣ 13 ਚਾਦਰਾਂ ਜਿਹੜੀਆਂ ਨੇ ਆਹ ਵੀ ਤੁਸੀਂ ਇਮਾਨਦਾਰਾਂ ਦੇ ਹੱਥ 'ਚ ਤੁਸੀਂ ਦਿਓ ਤੁਸੀਂ ਦੇਖਦੇ ਫਿਰ ਪੰਜਾਬ ਦੀ ਤਰੱਕੀ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਹੁੰਦਾ ਮਜਾਲ ਹੈ ਕੋਈ ਇੱਕ ਰੁਪਈਆ ਵੀ ਕੇਂਦਰ ਵਾਲੇ ਸਾਡਾ ਰੋਕ ਕੇ ਦਿਖਾਉਣ ਜਦੋਂ ਮੇਰੇ ਕੋਲ 13 ਬਾਹਾਂ ਅਤੇ 13 ਜ਼ੁਬਾਨਾਂ ਹੋਰ ਮਿਲ ਗਈਆਂ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਵਾਸਤੇ ਨਹੀਂ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਮੈਂ ਲੜ ਰਿਹਾ ਮੈਂ ਕੋਈ ਡਰਦਾ ਨਹੀਂ ਮੈਂ ਲੜਦਾ ਮੈਂ ਸੁਪਰੀਮ ਕੋਰਟ ਜਾਂਦਾ ਫੈਸਲੇ ਬਦਲਾ ਕੇ ਲਿਆਉਣਾ ਮੈਂ ਗਵਰਨਰ ਨਾਲ ਲੜਦਾ ਮੈਂ ਬੀਜੇਪੀ ਨਾਲ ਲੜਦਾ ਸੈਂਟਰ ਨਾਲ ਲੜਦਾ ਕਾਂਗਰਸੀਆਂ ਨਾਲ ਲੜਦਾ ਸਾਰਿਆਂ ਨਾਲ ਲੜਦਾ ਪਰ ਮੈਂ ਇਕੱਲਾ ਮੈਨੂੰ ਥੋੜ੍ਹਾ ਜਿਹਾ ਸਾਥ ਦੇ ਦਿਓ ਮੈਨੂੰ ਪਤਾ ਤੁਸੀਂ ਨਾਲ ਹੋ ਦਿਲੋਂ ਪਰ ਰਾਜਨੀਤਿਕ ਸ਼ਕਤੀ ਦੇ ਤੌਰ 'ਤੇ ਸਾਥ ਦੇ ਦਿਓ 13 ਜਦੋਂ ਇੱਥੋਂ ਹੋ ਗਏ ਕੁਰੂਕਸ਼ੇਤਰ ਵਾਲਾ ਵੀ ਜਿੱਤ ਰਿਹਾ ਦਿੱਲੀ ਵਾਲੇ ਵੀ ਜਿੱਤ ਰਹੇ ਨੇ ਗੁਜਰਾਤ 'ਚੋਂ ਜਿੱਤ ਰਹੇ ਹਾਂ 10 ਪਹਿਲੀ ਨੇ ਆਪਣੇ ਕੋਲ ਰਾਜ ਸਭਾ 'ਚ ਜਦੋਂ 35-40 ਹੋ ਗਏ ਉੱਥੇ ਉਦੋਂ ਨਜ਼ਾਰਾ ਆਊਗਾ ਲੈ ਉਦੋਂ 1 ਰੁਪਈਆ ਵੀ ਸਾਡਾ ਰੋਕ ਕੇ ਦਿਖਾਉਣ ਫਿਰ ਸੈਂਟਰ ਵਾਲੇ ਮੈਂ ਪੁੱਛੂੰਗਾ ਉਹਨਾਂ ਨੂੰ ਬਾਕੀ ਉੱਥੇ ਕਿਵੇਂ ਬੋਲਣਾ ਉੱਥੇ ਕੰਮ ਕਿਵੇਂ ਕਰਾਉਣੇ ਨੇ ਇਹਦਾ ਮੈਨੂੰ ਪਹਿਲੀ ਭੇਤ ਹੈ ਮੈਂ 8 ਸਾਲ ਰਿਹਾ ਉੱਥੇ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਉੱਥੇ ਖੜਾ ਹੋ ਜਾਂਦਾ ਸੀ ਬੋਲਣ ਵਾਸਤੇ ਉਹ ਸਪੀਕਰ ਨੂੰ ਵੀ ਐਂ ਹੁੰਦਾ ਸੀ ਵੀ ਯਾਰ ਇਹ ਪੀਲੀ ਪਗੜੀ ਵਾਲਾ ਖੜਾ ਹੋ ਗਿਆ
अब यार इसको या तो टाइम दे दो, दो मिनट, नहीं तो यह पौना घंटा चलन नहीं दिता है, रौला पाऊ, रोंडी है, जिद्दी है। मैं कहता सी मैनू मौका दे दो बोलने का, उस बाद तुम आपका जो मर्जी करियो, जे बोलने का मौका नहीं दोगे मैं किसी होर भी नहीं बोल देता। फिर थोड़े सामने आप हक लेके आए पंजाब के, तो वह पासवर्ड मेरे को है ने, करमजीत एक बार पार्लीमेंट दौड़ियां चढ़ा दो, बाकी पासवर्ड मैं आप ही डाउनलोड कर दूंगा, फरीदकोट का काम नहीं रुकूगा। फिर मैं थोड़े नाल इतने अपनी सरकार है, आले तीन साल पे ने, गुहाले पे ने, गुहाले पे ने, बड़ा टाइम है, नजारा उदों आऊगा जदों बाकियों के मूँह बंद हो गए तो सिर्फ काम करने वाले के मूँह आवाज जी वो निकली बस, क्योंकि मेरे को होर कोई काम नहीं, मैं तो ऐसे काम से आऊं। तुम थले वाला काम सामभ लो भी, रोड शो भगवंत मान का कितों की लैके जाना है, किड़े किड़े पिंडा बिजली लंघना है, पोस्टर कितने लाने ने, पोलिंग बूथ के अंदर कौन बैठूगा, बाहर बूथ ला के कौन बैठूगा, थले वाले काम सामभ लो, उपर वाली फिक्र ना करो। मैं कल्ले नू सारे वाले कबड्डी पा रखी है, इन्हों मैं किसी को नहीं बोलन दिता, इन्हों मैं तुम देखे होने तड़फ दे, मैं देखा विधानसभा आते ने स्पीकर साहब तो टाइम लैके बोल के तुर जाते हैं, मैं फिर जिंदा लै गया एक दिन, मैं स्पीकर साहब को फड़ाता, मैं कहा जी इन्हों जिंदा लाओ पहले, इन्हों इन्हों इत्थे खड़ाओ, इनको सुनो भी तो बोलो भी तो सुनो भी, ऐसे काम भेजे तुम थोड़ू जो दो बारी नारे ला के विधानसभा चो बाहर क्यों बई। मैं रात के 11-11, 12-12 बजे तक पार्लीमेंट बैठा रहता सी, भावें मेरी बारी भावें ना आती हो, मैं सुनता सी कि कहिंदे की ने, ये जरूरी है, ड्यूटी लाई है थोड़ी लोगों ने, यह 9 to 5 वाला काम नहीं है दफ्तर का। वो सनी देओल, मैं गुरदासपुर गया परसों, मैनू मैं बजुर्ग कहता कहता फिल्मों च बार्डर के परले पासे नलके पट्टी जाता, साढ़े गुरदासपुर च एक नहीं लवाया, कहता 5 साल हो गए नलका लवाया लै, ऐ थोड़ी काम चलता हों जी, ये तो लोगों के दर्दा च दुखों च खड़ना पैंदा, सो खड़े हैं। बाकी पैसा पूसा ये सब कुछ छोटी चीज़ है, जदों थोनू लोगों दी दुआवां मिलन लग जाण, 43,000 नौकरियां दे के थोड़े सामने खड़ा मैं, जिस तरह करमजीत ने भी दस्या मैनू भी पिंडां च मिलदे आ लोग भी, साडे जी पिंड च 8 नौकरियां मिल गईआं, 10 नौकरियां मिल दुआवां ने। एक कुड़ी मैं जिदे नियुक्ति पत्र वंडन गया, बिजली बोर्ड के SDO रखने से, तो एक कुड़ी नूं नियुक्ति पत्र मिलिया, वह कहिंदी मैं बोलना चाहुंदी आ, तुसीं सुणिया भी होणा, कहिंदी जी मैं कनेडा जाना सी, मेरे बापू ने पैसे इकट्ठे करने शुरू करते, 35 लाख रुपया लगना सी, 25 लाख इकट्ठा कर लिया सी, 10 रह गया सी, ते 10 बारे विचार कर रहे सी भी की वेचिए, की गहने रखिए, बेबे दीआं बालियां गहने रखिए, जा कोई जद्दी घर पिया इसे नूं गहने रख दिए, रजिस्ट्री करा के लिमिट बना लिए, जा कोई होर 10 किला 10 किला जमीन का कोई लिमिट बना लिए, 10 लाख इकट्ठा करी जाते। कहिंदी इन्ने चिर नूं सरकार की चिट्ठी आ गई भी थोनों बधाइया, तुम बिजली बोर्ड च SDO लग गए, कहती नाले तो मैंने नौकरी मिल गई, नाले कनेडा जाना कैंसल, नाले वो 25 लाख 35 लाख बच गया सब, इत्थे कनेडा बनावांगे जी, साडी धरती तो बिना कितने दुनिया की धरती है ही नहीं, सोहनी धरती सा, मेरे बिनू बैठा है करमजीत, असी सारी दुनिया घूमी है जी, न्यूजीलैंड तो लैके कैलीफोर्निया तक कई गेड़े दिते ने दुनिया के, एहो जी धरती नहीं, एहो जे लोग नहीं कितने मिले, इन्नी मेहनती कौम नहीं कितने मिली जिनी अपनी पंजाब की कौम है, मेहनत कितने नहीं है जी।
ਸ਼ਹੀਦਾਂ ਦੀ ਧਰਤੀ ਹੈ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਹਰ ਚੌਥੇ ਪੰਜਵੇਂ ਪਿੰਡ 'ਚ ਕੋਈ ਨਾ ਕੋਈ ਗੇਟ ਬਣਿਆ ਹੋਇਆ ਸ਼ਹੀਦਾਂ ਦਾ, ਚਾਹੇ ਉਹ ਕਾਰਗਿਲ ਦਾ ਹੋਵੇ, ਚਾਹੇ ਆਜ਼ਾਦੀ ਤੋਂ ਪਹਿਲਾਂ ਦਾ ਹੋਵੇ, ਚਾਹੇ ਗਦਰੀ ਬਾਬਿਆਂ ਦਾ ਹੋਵੇ, ਚਾਹੇ ਕਰਤਾਰ ਸਰਾਭਿਆਂ ਦਾ ਹੋਵੇ, ਸਾਡੀ ਧਰਤੀ। ਇਹ ਤਾਂ ਕਿਉਂ ਛੱਡ ਕੇ ਭੱਜੀਏ ਅਸੀਂ? ਕਾਰਨ ਉਹੀ ਜੋ ਸਪੀਕਰ ਸਾਹਿਬ ਕਹਿ ਰਹੇ ਸੀ, ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ ਪਹਿਲਾਂ। ਹੁਣ ਤੁਸੀਂ 2022 ਜਿਹੜਾ ਕੰਮ ਕਰਤਾ, ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਕਰਤਾ। ਇਹ ਤਾਂ ਹੁਣ ਕੰਮ ਹੋ ਗਿਆ, ਇਹ ਤਾਂ ਹੁਣ ਟੋਪੀ ਵਾਲਾ ਕਿੱਲ ਠੋਕਿਆ ਗਿਆ, ਇਹ ਨਹੀਂ ਹੋ, ਇਹ ਤਾਂ ਚੰਡ ਕਰਤੀ ਉੱਤੋਂ ਨਾਲੇ ਚਿਕਨਟ ਵਾਂਗੂ, ਇਹ ਨਹੀਂ ਖੁੱਲਦਾ ਹੁਣ। ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ। ਸੁਖਬੀਰ ਬਾਦਲ ਤਾਂ ਵਿਚਾਰਾ, ਚਲੋ ਚਲੋ ਛੱਡੋ ਯਾਰ, ਉਹਦੀ ਕੀ ਗੱਲ ਕਰਾਂਗੇ। ਇੱਕ ਤਾਂ ਹੁੰਦਾ ਮੰਦ ਬੁੱਧੀ, ਚਲ ਮੰਦ ਬੁੱਧੀ ਵੀ ਕੋਈ ਨਾ ਕੋਈ ਤਾਂ ਬੁੱਧੀ ਹੁੰਦੀ, ਉਹ ਤਾਂ ਬੰਦ ਬੁੱਧੀ ਹੈ, ਪਤਾ ਨਹੀਂ ਲੱਗਦਾ ਕੀ ਕਹਿ ਗਿਆ, ਪਤਾ ਨਹੀਂ ਲੱਗਦਾ ਕੀ ਹੋ ਗਿਆ, ਕਿਸੇ ਨੂੰ ਕੁਛ ਕਹਿ ਜਾਂਦਾ, ਕਿਸੇ ਨੂੰ ਕੁਛ ਕਹਿ ਜਾਂਦਾ। 2 ਦਿਨ ਘਰੋਂ ਬਾਹਰ ਨਿਕਲਿਆ, ਗਰਮੀ ਲੱਗ ਗਈ 2 ਦਿਨਾਂ 'ਚ ਗਰਮੀ ਲੱਗ ਗਈ। ਕਦੇ ਗਰਮੀ 'ਚ ਨਿਕਲੇ ਹੋਣ ਤਾਂ ਪਤਾ ਲੱਗੇ, ਉਹ ਕਦੇ ਗਰਮੀ 'ਚ ਨਿਕਲੇ ਹੋਣ ਤਾਂ ਪਤਾ ਲੱਗੇ, ਆਹੀ ਤਾਂ ਫਰਕ ਹੈ। 40 ਡਿਗਰੀ 45 ਡਿਗਰੀ 'ਚ ਕਦੇ ਨਿਕਲੇ ਹੋਣ ਤਾਂ ਪਤਾ ਲੱਗੇ, ਉਹਨਾਂ ਨੂੰ ਕੀ ਪਤਾ? ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਨੇ, ਉਹਨਾਂ ਨੂੰ ਕੀ ਪਤਾ ਕਿ ਨੱਕਾ ਕੀ ਹੁੰਦਾ, ਗੱਡਾ ਕੀ ਹੁੰਦਾ, ਇੱਕ ਬਲਦ ਵਾਲਾ ਰੇੜਾ ਕੀ ਹੁੰਦਾ, ਜੈਨਡੋਰੀਆਂ ਪੱਖੇ ਕੀ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ। 19x22 ਦੀ ਚਾਬੀ ਕੀ ਹੁੰਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ। ਕਦੇ 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 ਚਾਬੀ ਦੇਖੀ ਹੋਵੇ ਤਾਂ ਪਤਾ ਲੱਗੇ ਨਾ, ਬਸ ਖਜ਼ਾਨਿਆਂ ਦੀ ਚਾਬੀ ਉਹ ਦੇਖੀ ਹੈ, ਲੁੱਟੀ ਗਏ ਨੇ, ਗੱਲ ਨਹੀਂ ਬਾਤ ਨਹੀਂ। ਸੋ ਵੀਰੋ, ਖਜ਼ਾਨੇ ਦੇ ਵਿੱਚ ਹੁਣ ਮੈਂ ਪੈਸੇ ਲਿਆ ਵੀ ਰਿਹਾ ਅਤੇ ਖਜ਼ਾਨੇ 'ਚੋਂ ਪੈਸੇ ਲੋਕਾਂ ਵੱਲ ਨੂੰ ਵਧਾ ਵੀ ਰਿਹਾ। ਆਮ ਆਦਮੀ ਕਲੀਨਿਕ ਖੁੱਲ੍ਹਣ ਲੱਗ ਗਏ, 1.5 ਕਰੋੜ ਬੰਦਾ ਹੁਣ ਤੱਕ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈ ਲੈ ਕੇ ਚਲਾ ਗਿਆ। 1.5 ਕਰੋੜ ਬੰਦਾ ਮੁਫਤ ਦਵਾਈ, ਸਾਰੇ ਟੈਸਟ ਮੁਫਤ, ਨਾਲੇ ਜਿਹੜਾ ਮਰਜ਼ੀ ਆਵੇ, ਕੋਈ ਐਂ ਨਹੀਂ ਹੈਗਾ ਵੀ BPL ਕਾਰਡ ਜਾਂ ਕੋਈ ਹੋਰ ਨੀਲਾ ਕਾਰਡ ਜਾਂ ਪੀਲਾ ਕਾਰਡ, ਨਾ, ਜਿਹੜਾ ਮਰਜ਼ੀ ਆਓ। ਬਿਜਲੀ ਬੋਰਡ, ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ, GVK ਕੰਪਨੀ ਦਾ ਥਰਮਲ ਪਲਾਂਟ ਸੀ, ਉਹਦਾ ਨਾਮ ਰੱਖਿਆ ਸ਼੍ਰੀ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਸਾਹਿਬ, ਕਿਉਂਕਿ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਸਾਰਾ ਜੀਵਨ ਗੋਇੰਦਵਾਲ ਸਾਹਿਬ 'ਚ ਬੀਤਿਆ, ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ, ਲੰਗਰ ਦੀ ਪ੍ਰਥਾ ਸ਼ੁਰੂ ਕੀਤੀ। ਇਹਨਾਂ ਨੇ ਕਦੇ ਸੋਚਿਆ ਇਹ ਗੱਲ ਦਾ? ਇਹਨੂੰ ਪਤਾ ਹੀ ਕੱਖ ਨਹੀਂ। ਇਹਨਾਂ ਨੇ ਕਦੇ, ਇਹਨਾਂ ਨੇ ਧਰਮ ਨੂੰ ਵੀ ਵਰਤਿਆ, ਧਰਮ ਨੂੰ ਵਰਤਿਆ। ਇਹ ਜਿਹੜੇ ਆ ਜਿਹੜਾ ਸੁਖਬੀਰ ਬਾਦਲ ਦਾ ਟੱਬਰ ਹੈ ਨਾ, ਬਾਦਲਕੇ ਵਾਲੇ, ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ। ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ 'ਚ ਹੋਣ, ਜਦੋਂ ਹਾਰ ਜਾਣ, ਉਦੋਂ ਧਰਮ ਨੂੰ ਲੈ ਲੈਂਦੇ ਆ। ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ, ਕੋਲ ਕਿਲੀ। ਸਾਰੀ ਰਾਤ ਉਹ ਆਪਣੇ ਕਮਰੇ 'ਚ, ਸਾਰੀ ਰਾਤ ਕੀੜੇ ਮਕੌੜੇ ਮੱਛਰ ਖਾਈ ਜਾਂਦੀ ਰਹਿੰਦੀ ਹੈ, ਦਿਨ ਚੜ੍ਹਨ ਸਾਰ ਗੁਰੂ ਸਾਹਿਬ ਦੀ ਫੋਟੋ ਦੇ ਓਲੇ ਲੁਕ ਜਾਂਦੀ ਹੈ। ਇਹ ਬਾਦਲ ਕੇ ਉਹ ਛਿਪਕਲੀ ਨੇ, ਜਦੋਂ ਥੋੜ੍ਹਾ ਜਿਹਾ ਚਾਨਣ ਹੋਵੇ ਉਹਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ, ਓਟ ਲੈ ਲੈਂਦੇ ਨੇ, ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਨੇ। ਇਹਨਾਂ ਨੂੰ ਹੁਣ ਦੱਸ ਦਿਓ ਕਿ 2 ਕਚਹਿਰੀਆਂ ਹੁੰਦੀਆਂ, ਇੱਕ ਇੱਥੇ ਵਾਲੀ, ਇੱਕ ਜਿਹੜੀ ਲੋਕਾਂ 'ਚ ਲੱਗਦੀ ਹੈ। ਸੋ ਇੱਥੇ ਵਾਲੀ ਕਚਹਿਰੀ 'ਚ ਤਾਂ ਗਵਾਹ ਵੀ ਮੁਕਰਾ ਲਓਗੇ, ਵਕੀਲ ਮਹਿੰਗੇ ਕਰ ਲਓਗੇ, 100 ਹੀਲੇ ਵਸੀਲੇ ਕਰ ਲਓਗੇ, ਪਰ ਜਿਹੜੀ ਲੋਕਾਂ ਦੇ ਦਿਲਾਂ 'ਚ ਲੱਗਦੀ ਹੈ ਕਚਹਿਰੀ, ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਜੋ ਇਹਨਾਂ ਨੇ ਜਿਹੜੀ ਬਾਣੀ ਰੋਲੀ ਆ ਗੁਰੂਆਂ ਦੀ, ਜਿਹੜੀ ਇਹਦੇ ਇਸੇ ਦੀ ਫਲ ਭੁਗਤ ਰਹੇ ਹੈ। ਇੱਕ ਮੈਨੂੰ ਬਜ਼ੁਰਗ ਮਿਲਿਆ,
ਮੈਨੂੰ ਕਹਿੰਦਾ ਪੁੱਤ ਮੈਂ ਪੱਕਾ ਅਕਾਲੀ ਹਾਂ, ਹੁਣ ਤਾਂ ਮੇਰੇ ਗੋਡੇ ਚੱਲਦੇ ਨੀਗੇ, ਤੂੰ ਤਾਂ ਜਾਂਦਾ ਰਹਿਣਾ ਅਤੇ ਮੈਨੂੰ ਮੇਰੇ ਪੋਤੇ ਦਿਖਾਉਂਦੇ ਰਹਿੰਦੇ ਆ, ਤੂੰ ਉਹ ਟਿਊਬ ਜੀ 'ਤੇ ਬੋਲਦਾ ਹੁੰਦਾ, ਮੈਨੂੰ ਦਿਖਾਉਂਦੇ ਰਹਿੰਦੇ, ਉਹ ਯੂਟਿਊਬ ਕਹਿੰਦਾ ਹੋਣਾ ਨਾ। ਅਤੇ ਕਹਿੰਦਾ ਪੁੱਤ ਇੱਕ ਗੱਲ ਕਹਿ ਦੀ ਕਿ ਅਕਾਲੀ ਹਾਂ, ਬਾਬੇ ਨਾਨਕ ਦੀ ਤੱਕੜੀ ਸਮਝ ਕੇ ਤੱਕੜੀ ਨੂੰ ਵੋਟਾਂ ਪਾਈ ਗਏ। ਕਹਿੰਦਾ ਪਰ ਐਤ ਕੀ ਨਹੀਂ ਪਾਉਂਦੇ। ਮੈਂ ਕਿਉਂ ਬਾਬਾ ਜੀ? ਕਹਿੰਦਾ ਫਿਰ ਉਸੇ ਬਾਬੇ ਨਾਨਕ ਦੀ ਬਾਣੀ ਰੋਲਤੀ ਇਹਨਾਂ ਨੇ। ਕਹਿੰਦਾ ਕਹਿ ਦੀ ਪੁੱਤ ਮੇਰੇ ਵੱਲੋਂ, ਕਹਿੰਦਾ ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਹੈ ਦੁਬਾਰਾ ਫਿਰ ਬੇਅਦਬੀ ਕਰਨੀ। ਮਤਲਬ ਜੇ ਤੁਸੀਂ ਬੇਅਦਬੀ ਵਾਲਿਆਂ ਦੇ ਹੱਕ ਵਾਲਾ ਬਟਨ ਦੱਬ ਰਹੇ ਹੋ ਫਿਰ ਤੁਸੀਂ ਵੀ ਹਿੱਸੇਦਾਰੀ ਹੋ ਵਿੱਚ ਫਿਰ। ਸੋ ਇਸ ਕਰਕੇ ਇਹਨਾਂ ਨੂੰ ਸਬਕ ਸਿਖਾਓ, ਇਹਨਾਂ ਦੀ ਅਕਲ ਟਿਕਾਣੇ ਆਵੇ। ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਸੀ, ਇਹ ਜਥੇਦਾਰਾਂ ਨੂੰ ਬੁਲਾ ਕੇ ਆਪਦੇ ਘਰੇ ਫਤਵੇ ਜਾਰੀ ਕਰਨ ਲੱਗ ਗਏ ਸੀ। ਸੋ ਇਹਨਾਂ ਤੋਂ ਤਾਂ ਮੈਨੂੰ ਪਤਾ ਤੁਸੀਂ ਪਹਿਲਾਂ ਹੀ ਦੁਖੀ ਹੋ। ਇੱਕ ਤਾਂ ਹੁੰਦੇ ਆ ਵਿਰੋਧ, ਇੱਕ ਹੁੰਦੀ ਆ ਨਫ਼ਰਤ, ਤੁਸੀਂ ਨਫ਼ਰਤ ਕਰਦੇ ਹੋ ਇਹਨਾਂ ਨੂੰ। ਔਰ ਦੂਜੇ ਕਾਂਗਰਸ ਵਾਲੇ ਨੂੰ ਆਪਸ 'ਚ ਲੜੀ ਜਾਂਦੇ ਨੇ, ਇੱਕ ਟਿਕਟ ਮਿਲਦੀ ਆ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪਓ। ਫਿਰ ਅੱਛਾ ਤੁਸੀਂ ਦੇਖਿਓ, ਆਮ ਆਦਮੀ ਪਾਰਟੀ ਹਮੇਸ਼ਾ ਦਿਨੇ 'ਚ ਕਰਦੀ ਹੈ ਸੂਚੀ ਜਾਰੀ, ਆਪਾਂ 13 ਦੇ 13 ਕਰ ਰੱਖੇ ਨੇ, ਵੀ ਪਹਿਲਾਂ 8 ਦੀ ਕੀਤੀ, ਦਿਨੇ ਜਾਰੀ ਕੀਤੀ ਸੂਚੀ, ਟੀ ਵੀ 'ਤੇ ਵੀ ਆਉਂਦਾ, ਤੁਸੀਂ ਵੀ ਦੇਖ ਲੈਂਦੇ ਹੋ। ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ, ਰਾਤ ਦੇ 11:30 ਵਜੇ ਜਾਰੀ ਕਰਦੇ ਆ ਵੀ ਚਲ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ, ਵੀ ਚਲ ਇੱਕ ਸਵੇਰ ਨੂੰ ਦੇਖਾਂਗੇ, ਚਲ ਰਾਤ ਨੂੰ ਤਾਂ ਨਹੀਂ ਲੜਨਗੇ। ਆਹ ਹਾਲਤ ਉਹਨਾਂ ਦੀ ਹੈ। ਹਾਲਤ ਕੀ ਪਈ ਹੋਈ ਪਈ ਆ ਦੋਨਾਂ ਪਾਰਟੀਆਂ ਦੀ? ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ, ਕਾਰਨ ਕੋਈ ਤਿਆਰ ਹੀ ਨਹੀਂ ਹੈਗਾ। ਮੇਰਾ ਦੋਸਤ ਇੱਕ ਲੁਧਿਆਣੇ ਕੋਲ ਪਿੰਡ ਆ, ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ, ਕਹਿੰਦਾ ਅਕਾਲੀ ਦਲ 'ਚ ਹੈ, ਦੇਖ ਲੈ ਟਿਕਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ। ਮੈਂ ਕਿਹਾ ਵੀ ਟਿਕਟ ਲੈਣ ਵਾਸਤੇ? ਕਹਿੰਦਾ ਨਾ, ਇਸ ਕਰਕੇ ਅਰਦਾਸ ਕਰਾਉਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ ਅਕਾਲੀ ਦਲ ਦੀ, ਕਿ ਮੈਂ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲ। ਕਾਂਗਰਸ ਵਾਲਿਆਂ ਦਾ ਇਹ ਹਾਲ ਹੈ, ਕਾਂਗਰਸ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ, ਜਿਹੜੀ ਥੱਲੇ ਬੇਲਣ ਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾ ਰੱਖਿਆ, ਕਿਤੇ ਕਾਂਗਰਸ ਵਾਲੇ ਥੱਲੋਂ ਦੀ ਨਾ ਟਿਕਟ ਸਿੱਟ ਜਾਣ ਸਾਡੇ ਘਰੇ। ਕਾਂਗਰਸ ਦਾ ਵੀ ਇਹ ਹਾਲ ਹੋਇਆ ਪਿਆ। ਇਹ ਕਿਹਨੇ ਕੀਤਾ? ਮੈਂ ਕੀਤਾ, ਕਰਤੂਤਾਂ ਨੇ ਕੀਤਾ, ਇਹਨਾਂ ਦੀ ਕਰਤੂਤਾਂ ਨੇ, ਇਹ ਇਹਨਾਂ ਦੀਆਂ ਕਰਤੂਤਾਂ ਨੇ ਕੀਤਾ। ਸੋ ਦੇਸ਼ ਦੇ ਵਿੱਚ ਅੱਜ ਲੋੜ ਹੈ, ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ। ਪੰਜਾਬ ਨੇ ਹਮੇਸ਼ਾ ਲੀਡ ਕੀਤਾ, ਹੁਣ ਵੀ ਪੰਜਾਬ ਲੀਡ ਕਰੂਗਾ। ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ। ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉੱਧਰ ਨੂੰ ਜਾਊਗਾ। ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ, ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ। ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ। ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ, ਮੈਂ ਕਿਸੇ ਚੈਨਲ 'ਤੇ ਸੀ, ਟੀਵੀ ਚੈਨਲ 'ਤੇ, ਕਹਿੰਦੇ ਇਨ ਭ੍ਰਿਸ਼ਟਾਚਾਰੀਓਂ ਕੀ ਵਜ੍ਹਾ ਸੇ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਕਾ, ਇਨ ਭ੍ਰਿਸ਼ਟਾਚਾਰੀਓਂ ਕੀ ਵਜ੍ਹਾ ਸੇ 70 ਸਾਲ 75 ਸਾਲ ਮੇਂ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਕਾ। ਮੈਂ ਕਿਹਾ ਜੀ ਤਾਂ ਉਹ ਗੱਲ ਹੋ ਗਈ, ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ, ਉਹਦੀ ਦੁਕਾਨ 'ਚ ਜਨਵਰੀ ਦਾ ਮਹੀਨਾ ਸੀ, ਚੋਰੀ ਹੋ ਗਈ, ਕੋਈ ਆਇਆ ਰਾਤ ਨੂੰ ਕੰਧ ਪਾੜ ਕੇ ਗੱਲਾਂ ਗੁੱਲਾਂ ਚੱਕ ਕੇ ਲੈ ਗਿਆ। ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ, ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ। ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ, ਲੋਹੜੀ ਵਾਲੇ ਦਿਨ ਸੀ, ਰਿਓੜੀਆਂ ਵਾਲੀ ਬੋਰੀਆਂ ਮੋੜ ਕੇ ਕਿਨਾਰੇ 'ਚ ਰੱਖਤੀ, ਨਾਲ ਗੱਚਕ ਵਾਲੀ ਵੀ ਰੱਖਤੀ, ਜਿਹੜੀਆਂ ਸਾਰੀਆਂ ਲੋਹੜੀ ਵਾਲੇ ਤਿਲਾਂ ਦੀਆਂ ਪਿੰਨੀਆਂ ਵਾਲੀ ਵੀ ਰੱਖਤੀ ਹੈ। ਅਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੇ ਚੋਰੀ ਹੋ ਗਈ। ਲੋਕ ਅਫਸੋਸ ਕਰਨ ਆਉਣ ਲੱਗ ਗਏ, ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ 'ਚੋਂ ਇੱਕ ਮੁੱਠੀ ਭਰ ਕੇ ਦੋ ਕੁ ਰਿਓੜੀਆਂ ਮੂੰਹ 'ਚ ਪਾ ਕੇ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ, ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਹੋਣਾ ਕਸਤੂਰੀ, ਚਲੋ ਦੱਸ ਦਿਆਂ ਸੀ। ਫਿਰ ਆਇਆ ਕਰੇ
ਜਿਹੜਾ ਆਇਆ ਕਰੇ ਰਿਉੜੀਆਂ 'ਚੋਂ ਭਰਿਆ ਕਰੇ ਮੋਠੀ ਬੋਰੀ 'ਚੋਂ, ਕਿੰਨਾ ਕੁ ਨੁਕਸਾਨ ਹੋ ਗਿਆ। 2-3 ਵਜੇ ਸਰਪੰਚ ਵੀ ਆ ਗਿਆ, ਪਹਿਲਾਂ ਬਾਹਰ ਗਿਆ ਹੋਇਆ ਸੀ, ਉਹਨੇ ਆਖਿਆ ਕਸਤੂਰੀ ਦੇ ਚੋਰੀ ਹੋ ਗਈ, ਚਲ ਮੈਂ ਅਫਸੋਸ ਹੀ ਕਰਿਆ ਵਾਂ। ਸਰਪੰਚ ਵੀ ਗਿਆ ਕਸਤੂਰੀ ਦੁਕਾਨ 'ਤੇ, ਭਰੀ ਮੁੱਠੀ ਰਿਉੜੀਆਂ ਦੀ, 2 ਮੂੰਹ 'ਚ ਪਾ ਕੇ ਲਾਲਾ ਜੀ ਨਾਲ ਗੱਦੀ 'ਤੇ ਬਹਿ ਗਿਆ। ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ, ਕਿੰਨਾ ਕੁ ਨੁਕਸਾਨ ਹੋ ਗਿਆ ਹੋਣਾ। ਕਸਤੂਰੀ ਕਹਿੰਦਾ ਸਰਪੰਚ ਸਾਹਿਬ, ਅੱਧਾ ਪਿੰਡ ਦਾ ਪਤਾ ਲੈ ਗਿਆ, ਅੱਧਾ ਹਜੇ ਆਊ, ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਉੜੀਆਂ ਵਾਲੀ ਬੋਰੀ 'ਚੋਂ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ। ਕਹਿੰਦਾ ਸਰਪੰਚ ਸਾਹਿਬ, ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ, ਇਹ ਤਾਂ ਜਦੋਂ ਆਥਣੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਹਿਸਾਬ ਲਾਵਾਂਗੇ ਜੀ। ਉਹ ਮੈਂ ਕਿਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ। ਉਹ ਮੈਂ ਕਿਹਾ ਨੁਕਸਾਨ ਤਾਂ ਹਜੇ ਚੱਲੀ ਜਾਂਦਾ, ਇਹ ਤਾਂ ਜਦੋਂ ਅਰਵਿੰਦ ਕੇਜਰੀਵਾਲ ਵਰਗਾ ਕੋਈ ਮਗਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ, ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਉਦੋਂ ਹਿਸਾਬ ਲਾਵਾਂਗੇ ਉਹ ਕਿੰਨਾ ਕੁ ਨੁਕਸਾਨ ਹੋ ਗਿਆ, ਕਿੰਨਾ ਕੁ ਨੁਕਸਾਨ ਕਰਦਾ। ਸੋ ਹਮੇਸ਼ਾ ਤੁਹਾਡੇ ਨਾਲ ਖੜਾਂਗੇ, ਤੁਹਾਡੇ ਵਰਗੇ ਹਾਂ। ਮਾਵਾਂ ਭੈਣਾਂ ਬਹੁਤ ਭਾਰੀ ਗਿਣਤੀ 'ਚ ਆਈਆਂ ਨੇ, ਇਹਨਾਂ ਨੂੰ ਪਤਾ ਚੁੱਲ੍ਹਾ ਚੁੱਲ੍ਹਾ ਕਿਵੇਂ ਚੱਲਦਾ। ਆ ਮੋਦੀ ਇਹ ਕੀ ਕਰਦੇ ਆ, ਲੋਲੀਪੋਪ ਦਿੰਦੇ ਆ, ਕਹਿੰਦੇ 100 ਰੁਪਇਆ ਸਿਲੰਡਰ ਸਸਤਾ, ਕਮਾਲ ਕਰਤੀ ਕਹਿੰਦੇ ਮੋਦੀ ਨੇ। ਉਹ ਭਾਈ 1000 ਰੁਪਇਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ, ਇਹ ਤਾਂ ਸੋਚੋ। 1000 ਰੁਪਇਆ ਮਹਿੰਗਾ ਕਰਕੇ 100 ਰੁਪਇਆ ਸਸਤਾ ਕਰਤਾ, ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ। ਉਹ ਕਿਸੇ ਕੁੜੀ ਦਾ ਵਿਆਹ ਸੀ ਕਿਸੇ ਘਰ 'ਚ, ਜ਼ਿਮੀਂਦਾਰ ਵੱਡੇ ਸੀ, ਵਧੀਆ ਜ਼ਮੀਨ ਸੀ, ਲਾਡਲੀ ਕੁੜੀ ਸੀ, ਕਹਿੰਦੇ ਵਿਆਹ ਪੂਰਾ ਗੱਜ ਵੱਜ ਕੇ ਕਰਨਾ। ਉਹਨਾਂ ਨੇ ਨਾ ਅੱਜ ਸੁਣ ਲਿਓ ਆਹ ਗੱਲ ਕਿ ਕਿਵੇਂ ਲੋਲੀਪੋਪ ਦਿੰਦੇ ਆਪਾਂ ਨੂੰ, ਅਤੇ ਬਾਅਦ 'ਚ ਆਪਾਂ ਕਿਵੇਂ ਉਹਨਾਂ ਗੱਲਾਂ 'ਚ ਆ ਜਾਂਦੇ ਹਾਂ। ਉਹ ਕੁੜੀ ਦੇ ਵਿਆਹ ਵਾਸਤੇ ਤਿਆਰੀ ਕਰ ਲਈ, ਵੱਡੇ ਵੱਡੇ ਸੋਫੇ ਮਹਿੰਗੇ, ਟੀਵੀ ਮਹਿੰਗੇ, ਸੋਨੇ ਦੇ ਚਾਂਦੀ ਦੇ ਗਹਿਣੇ ਬਣਾ ਲਏ, ਆਹ ਪੂਰਾ ਪਲੰਘ ਅਲਮਾਰੀਆਂ ਤਿਆਰ ਕਰ ਲਈਆਂ। ਕੱਲ੍ਹ ਨੂੰ ਬਰਾਤ ਆਉਣੀ ਸੀ, ਅੱਜ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਮਾਲ ਪਿਆ। ਡਾਕੂ ਟਰੱਕ ਲੈ ਕੇ ਆ ਗਏ, ਟਰੱਕ ਪੈਕ ਲਾ ਕੇ ਕੁੜੀ ਦਾ ਪਰਿਵਾਰ ਸਾਰਾ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ, ਸਾਰਾ ਸਮਾਨ ਲੱਦ ਲਿਆ ਜਿਹੜਾ ਦਾਜ ਵਾਲਾ ਸੀ ਕੁੜੀ ਵਾਲਾ, ਸਾਰਾ ਸਮਾਨ ਲੱਦ ਕੇ ਡਾਲਾ ਲਾ ਕੇ ਜਦੋਂ ਤੁਰਨ ਲੱਗੇ, ਡਾਕੂਆਂ ਸਰਦਾਰ ਕਹਿੰਦਾ ਨਹੀਂ ਹਜੇ ਨਹੀਂ ਤੁਰਨਾ। ਕੁੜੀ ਵਾਲਾ ਪਰਿਵਾਰ ਕਹਿੰਦਾ ਕਿਹੜੇ ਕਮਰੇ 'ਚ ਬੰਦ ਹੈ, ਉਹ ਕਹਿੰਦੀ ਇਹ 'ਚ ਬੰਦ ਹੈ, ਖੋਲੋ। ਖੋਲਿਆ, ਡਾਕੂ ਅੰਦਰ ਚਲਿਆ ਗਿਆ, ਡਰੇ ਬੈਠੇ ਸਾਰੇ ਵਿਚਾਰੇ। ਡਾਕੂ ਕਹਿੰਦਾ ਕਿਸ ਲੜਕੀ ਕੀ ਸ਼ਾਦੀ ਹੈ, ਉਹ ਕਹਿੰਦੀ ਜੀ ਕੁੜੀ ਡਰ ਡਰ ਕੇ ਜੀ ਖੜੀ ਹੋਈ, ਮੇਰੀ ਸ਼ਾਦੀ ਹੈ ਜੀ। ਡਾਕੂ ਨੇ ਉਹਨੇ ਸਰਦਾਰ ਨੇ ਕੱਢ ਪਾਇਆ ਜੇਬ 'ਚ ਹੱਥ, 100 ਰੁਪਇਆ ਸ਼ਗਨ ਦਿੱਤਾ। ਕਹਿੰਦਾ ਭਾਈ ਆਹ ਲੈ ਸ਼ਗਨ, ਤੇਰੀ ਜ਼ਿੰਦਗੀ 'ਚ ਭਾਈ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਪਰਮਾਤਮਾ ਤੇਰੀ ਝੋਲੀ ਪਾਵੇ, ਜਿਉਂਦੇ ਵਾਸਤੇ ਰਹੋ ਭਾਈ, ਆਹ ਮੇਰੇ ਵੱਲੋਂ ਸ਼ਗਨ ਹੈ। ਲੁੱਟ ਕੇ ਲੈ ਗਏ ਸਾਰਾ ਕੁਛ। ਅਗਲੇ ਦਿਨ ਪੁਲਿਸ ਆਈ, ਉਹ ਕੁੜੀਆਂ ਦੇ ਪਰਿਵਾਰ 'ਚੋਂ ਕੋਈ ਵੀ ਬੰਦਾ ਪੁਲਿਸ ਕੋਲ FIR ਲਾਉਣ ਨੂੰ ਤਿਆਰ ਨਹੀਂ ਸੀ। ਕਹਿੰਦੇ ਲੁੱਟ ਕੇ ਭਾਵੇਂ ਲੈ ਗਏ, ਬੰਦੇ ਬਹੁਤ ਵਧੀਆ ਸੀ, ਵੀ 100 ਰੁਪਇਆ ਸ਼ਗਨ ਦੇ ਗਏ। ਲੈ ਦੱਸੋ ਯਾਰ, ਅਸੀਂ ਆਪਾਂ ਸੋਚ ਲੈਂਦੇ ਹਾਂ ਵੀ 4.5 ਸਾਲ ਤਾਂ ਲੁੱਟੀ ਗਿਆ ਮੋਦੀ, ਜੋ ਮਰਜ਼ੀ ਲੁੱਟੀ ਗਿਆ, ਪਰ 100 ਰੁਪਇਆ ਨੇ ਸਿਲੰਡਰ ਸਸਤਾ ਕਰਤਾ, ਵੀ ਕਮਾਲ ਆ ਬੰਦੇ। ਉਹ ਇਹਨਾਂ ਗੱਲਾਂ 'ਚ ਨਾ ਆਇਓ, ਕਿਰਪਾ ਕਰਕੇ ਇਹਨਾਂ ਗੱਲਾਂ 'ਚ ਨਾ ਆਇਓ। ਬਿਜਲੀ ਦੇ ਬਿੱਲ ਮਾਫ ਹੋਣਗੇ, ਹਰ ਮਹੀਨੇ 5000 ਮਿਲਿਆ ਕਰੂਗਾ। ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ, ਸਾਰੇ ਟੈਸਟ ਫ੍ਰੀ ਹੋਣਗੇ, 1 ਲੱਖ ਰੁਪਇਆ 1.5 ਲੱਖ ਰੁਪਇਆ ਤਾਂ ਸਾਲ ਦਾ ਬਿਮਾਰੀ ਦਾ ਹੀ ਬਚਿਆ ਕਰੂਗਾ ਤੁਹਾਨੂੰ। ਆਹ ਹਿਸਾਬ ਲਾਇਆ ਕਰੋ, ਇਹੋ ਜਿਹੇ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਰਕਾਰੀ 'ਚ ਵੀ ਪ੍ਰਾਈਵੇਟ ਤੋਂ ਵਧੀਆ ਮਿਲੂਗੀ, ਉਹ ਫੀਸ ਬਚੂਗੀ ਤੁਹਾਡੀ। ਆਹ ਸਾਡੀ ਇੱਛਾ ਹੈ, ਆਹ ਮੇਰੀ ਇੱਛਾ ਹੈ। ਬਸ ਆ ਹੁਣ ਖਜ਼ਾਨੇ 'ਚ ਫੇਰ ਆਇਆ ਪੈਸਾ, ਲੋਕਾਂ ਦੇ ਟੈਕਸਾਂ ਦਾ ਪੈਸਾ ਹੈ। ਅਸੀਂ ਲੀਕੇਜ ਬੰਦ ਕਰਤੀ, ਭ੍ਰਿਸ਼ਟਾਚਾਰੀ ਜਿਹੜੇ ਸੀ
ਉਹਨਾਂ ਨੂੰ ਫੜ ਫੜ ਕੇ ਅੰਦਰ ਦਿੱਤਾ, ਪੈਸਾ ਖਜ਼ਾਨੇ 'ਚ ਆਉਣ ਲੱਗ ਗਿਆ, ਗਰੰਟੀਆਂ ਪੂਰੀਆਂ ਕਰਨ ਲੱਗ ਗਏ। ਇੱਕੋ ਹੀ ਗਰੰਟੀ ਰਹਿ ਗਈ, ਦਿੱਲੀ 'ਚ ਤਾਂ ਪੂਰੀ ਕਰਤੀ ਮਾਂ ਦੇ ਸ਼ੇਰ ਨੇ ਅਰਵਿੰਦ ਕੇਜਰੀਵਾਲ ਨੇ, ਔਰ ਵਿਧਾਨ ਸਭਾ 'ਚ ਇਹ ਵੀ ਕਹਿਤਾ ਕਿ ਦਿੱਲੀ 'ਚ ਪੂਰੀ ਕਰਨ ਲੱਗਿਆਂ ਬਸ ਇਹ ਤੋਂ ਅਗਲੀ ਵਾਰੀ ਪੰਜਾਬ ਦੀ ਹੈ, ਸਾਡੀਆਂ ਮਾਵਾਂ ਭੈਣਾਂ ਨੂੰ 1000-1000 ਰੁਪਏ ਮਹੀਨੇ ਦਾ ਸਨਮਾਨ ਅਗਲੀ ਵਾਰੀ ਉਸ ਚੀਜ਼ ਦੀ ਹੈ। ਬਸ ਸਾਰਾ ਹਿਸਾਬ ਲਾਈ ਬੈਠਾ, ਮੇਰੀਆਂ ਉਂਗਲਾਂ 'ਤੇ ਪਿਆ, ਸਾਰਾ ਉਂਗਲਾਂ 'ਤੇ ਪਿਆ, ਘਾਟਾ ਵੀ ਨਹੀਂ ਪੈਣ ਦਿੰਦਾ। ਵਧੀਆ ਲਾਣੇਦਾਰ ਜਿਹੜਾ ਹੁੰਦਾ ਉਹ ਐਂ ਚਲਾਉਂਦਾ ਹੁੰਦਾ ਘਰ ਨੂੰ, ਘਾਟਾ ਵੀ ਨਹੀਂ ਪੈਣ ਦਿੰਦਾ, ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸ਼ੌਂਕ ਵੀ ਨਹੀਂ ਰਹਿਣ ਦਿੰਦਾ। ਸੋ ਆਹ ਪੂਰਾ ਕਰਾਂਗੇ, ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਔਰ ਮੈਂ ਸਾਰੀ ਟੀਮ ਦਾ ਧੰਨਵਾਦ ਹਾਂ ਕਿ ਇੰਨਾ ਵਧੀਆ ਤੁਸੀਂ ਇਸ ਪੱਧਰ 'ਤੇ ਕੱਟ ਕੀਤਾ। ਨਹੀਂ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀਆਂ ਆਉਂਦੀਆਂ ਨੇ, ਤੁਸੀਂ ਦੇਖਦੇ ਹੋਵੋਗੇ, ਸਾਡੇ ਭਰਾ ਹੈ ਉਹ ਵੀ ਕਲਾਕਾਰ ਹੈ, ਪਰ ਉਹਦਾ ਤਾਂ ਕੋਈ ਕਸੂਰ ਨਹੀਂ, ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ, ਹੁਣ ਕੀ ਕਰੇ ਵਿਚਾਰਾ, ਉਹ ਖਿੱਲਾਂ ਖਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ, ਉਹ ਗੱਲ ਹੋ ਗਈ। ਉਹ ਤਾਂ ਆਪਦੀਆਂ ਮੌਜਾਂ ਕਰੀ ਜਾਂਦੇ, ਪਾਰਟੀ ਵਾਲੇ ਤਾਂ ਫਸਾ ਤਾ ਉਹਨੂੰ, ਪਰ ਕੋਈ ਗੱਲ ਨਹੀਂ, ਅਸੀਂ ਤਾਂ ਤੁਹਾਡੇ ਨਾਲ ਖੜਾਂਗੇ। ਮੈਂ ਤਾਂ ਕਿਸਾਨਾਂ ਦੇ ਮੁੱਦਿਆਂ 'ਤੇ ਵੀ ਰਾਤ ਦੇ 2-2 ਵਜੇ ਤੱਕ ਬਹਿੰਦਾ ਰਿਹਾ ਕਿ ਜੇ ਨਿਬੜ ਜੇ। ਮੈਂ ਇਹਨਾਂ ਨੂੰ ਵੀ ਕਹਿੰਦਾ ਸੈਂਟਰ ਨੂੰ ਹਰ ਰੋਜ਼ 130 ਲੱਖ ਮੀਟਰਿਕ ਟਨ ਕਣਕ ਦੇਊਂਗਾ, ਹੁਣ ਇਸ ਮਹੀਨੇ 130 ਲੱਖ ਮੀਟਰਿਕ ਟਨ ਦੇਸ਼ ਵਾਸਤੇ, 220 ਲੱਖ ਮੀਟਰਿਕ ਟਨ ਚੌਲ ਦੇਵਾਂਗੇ ਅਕਤੂਬਰ 'ਚ। ਅਤੇ ਮੈਂ ਕਿਹਾ ਜਦੋਂ ਚੌਲ ਅਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਂਦੇ ਹੋ, ਅਤੇ ਜਦੋਂ ਉਹ ਕਹਿੰਦੇ ਨੇ ਚੌਲ ਅਤੇ ਕਣਕ ਉਗਾਉਣ ਵਾਲੇ ਵੀ ਭਾਅ ਦੀ ਥੋੜ੍ਹੀ ਜਿਹੀ ਗੱਲ ਕਰ ਲਈ, ਥੋੜ੍ਹਾ ਜਿਹਾ ਵਧਾ ਦੋਗੇ, ਉਦੋਂ ਤੁਸੀਂ ਬਾਰਡਰ ਲਾ ਦਿੰਦੇ ਹੋ ਹਰਿਆਣੇ 'ਤੇ, ਤਾਰਾਂ ਲਾ ਦਿੰਦੇ ਹੋ, ਗੋਲੀਆਂ ਚਲਾਉਂਦੇ ਹੋ ਸਿੱਧੀਆਂ, ਉਦੋਂ ਤੁਸੀਂ ਅਥਰੂ ਗੈਸ ਦੇ ਗੋਲੇ ਛੱਡਦੇ ਹੋ, ਕੀ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ? ਦਿੱਲੀ ਆਉਣਗੇ, ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ, ਕਹਿੰਦੇ ਭਗਵੰਤ ਮਾਨ ਭੜਕਾਉਂਦਾ, ਮੈਂ ਕਿਉਂ ਭੜਕਾਉਂਗਾ ਬਈ ਕਿਸੇ ਨੂੰ? ਮੇਰਾ ਤਾਂ ਅੰਨਦਾਤਾ ਖੁਸ਼ ਰਹੇ, ਮੇਰਾ ਮੁਲਾਜ਼ਮ ਖੁਸ਼ ਰਹੇ, ਦੁਕਾਨਦਾਰ ਖੁਸ਼ ਰਹੇ, ਵਪਾਰੀ ਖੁਸ਼ ਰਹੇ, ਮੈਂ ਕੀ ਲੈਣਾ ਭੜਕਾ ਕੇ ਕਿਸੇ ਨੂੰ? ਅਸੀਂ ਭੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ। ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪੁਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ, ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ, ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂਹ ਵਾਲਾ ਵਪਾਰ ਵਧੂਗਾ। ਇਹ ਸਾਈਕਲ ਹੈ, ਇਹ ਸਰਕਲ ਹੈ, ਇਹ ਚਲਾਉਣਾ। ਮੈਂ ਵੀ ਮੈਥ ਮਾਸਟਰ ਦਾ ਮੁੰਡਾ, ਸਾਇੰਸ ਵੀ ਪੜ੍ਹਾਉਂਦੇ ਸੀ ਮੇਰੇ ਮਾਪਾ ਪਿਤਾ ਜੀ, ਸੋ ਮੈਨੂੰ ਸਾਰਾ ਪਤਾ ਹੈ, ਹਿਸਾਬ ਕਿਤਾਬ ਸਾਰੇ ਲਾਏ ਪਏ ਨੇ। ਮੈਂ ਆਪ ਖਾਣਾ ਨਹੀਂ, ਪਰ ਜਿਹੜਾ ਕਿਸੇ ਨੇ ਖਾਧਾ ਹੋਇਆ ਪੈਸਾ, ਭਾਵੇਂ 10 ਸਾਲ ਪਹਿਲਾਂ ਖਾਧਾ, ਭਾਵੇਂ ਪਹਾੜਾਂ 'ਚ ਪਿਆ ਉਹ, ਭਾਵੇਂ ਸਮੁੰਦਰ 'ਚ ਪਿਆ, ਉਹ ਕੱਢ ਕੇ ਲਿਆ ਕੇ ਤੁਹਾਡੇ ਹੱਕ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਵਾਪਸ ਦੇਣਾ, ਕਿਸੇ ਨਾ ਕਿਸੇ ਰੂਪ ਤੁਹਾਨੂੰ ਵਾਪਸ ਦੇਣਾ। ਆਹ ਗੱਲ ਕਰਨ ਵਾਸਤੇ ਆਇਆ ਮੈਂ, ਹੁਣ ਇਸ ਤੋਂ ਬਾਅਦ ਸੰਗਰੂਰ ਜਾਊਂਗਾ, ਰੋਡ ਸ਼ੋਅ ਕਰੂੰਗਾ, ਤੁਹਾਡੇ ਕੋਲ ਵੀ ਆਊਂਗਾ। ਲੋਗੋ ਕੋ ਅਕਸਰ ਕਹਿਤੇ ਸੁਣਾ ਹੈ, ਲੋਗੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ। ਹਰੇਕ ਬੰਦਾ ਕਹਿੰਦਾ ਨਾ, ਚੰਗਾ ਬਾਈ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ। ਲੋਗੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ, ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਤੋ ਬਾਗੇ ਪੁਰਾਣੇ ਵਾਲਿਓ, ਫਰੀਦਕੋਟ ਵਾਲਿਓ, ਤੁਹਾਡੇ ਨਾਲ ਤਾਂ ਦਿਲੋਂ ਪਿਆਰ ਹੈ, ਕਿਸੇ ਹੋਰ ਪੱਧਰ ਦਾ ਪਿਆਰ ਹੈ। ਇਸ ਵਾਰ ਮੇਰੇ ਦੋਸਤ, ਔਰ ਮੇਰਾ ਜਿਹੜਾ ਦੋਸਤ ਹੁੰਦਾ ਨਾ, ਦੋਸਤ ਦਾ ਮਤਲਬ ਪਤਾ ਕੀ ਹੁੰਦਾ, ਸੁਣ ਕੇ ਜਾਇਓ, ਦੋਸਤ ਇਹ ਲਿਖਿਆ ਜਾਂਦਾ ਦੱਦੇ ਨੂੰ ਹੋੜਾ ਸੱਸਾ ਤੱਤਾ, ਇਹ ਹਿੰਦੀ ਦਾ ਲਫਜ਼ ਹੈ, ਇਹਦੇ ਵਿੱਚ ਡੈਸ਼ ਪਾ ਦਿਓ, ਇਹਦਾ ਮਤਲਬ ਪਤਾ ਲੱਗ ਜੂ। ਦੋ ਡੈਸ਼ ਸੱਤ, ਦੋ ਸੱਚਾਈਆਂ, ਦੋ ਸੱਚ, ਜੇ ਸੱਚ ਇੱਕ ਪਾਸਿਓਂ ਹੋਵੇ ਫਿਰ ਬਾਹਲੀ ਦੇਰ ਨਹੀਂ ਚੱਲਦਾ। ਸੋ ਦੋਸਤ ਮੇਰਾ ਕਰਮਜੀਤ, ਅਸੀਂ ਦੋਨੇ ਸੱਚੇ ਬੰਦੇ ਹਾਂ, ਅਸੀਂ